ਅਨੀਮਲ ਫਿਲਮ ਲਗਾਤਾਰ ਸੁਰਖੀਆਂ ਦੇ ਵਿੱਚ ਹੈ ਪਹਿਲਾਂ ਅਰਜਨ ਵੈਲੀ ਦੀ ਵਜਾ ਕਰਕੇ ਸੁਰਖੀਆਂ ਦੇ ਵਿੱਚ ਆਈ ਤਾਂ ਹੁਣ ਇਹ ਮੂਵੀ ਜਿਹੜੀ ਹੈ ਵਿਵਾਦਾਂ ਦੇ ਵਿੱਚ ਵੀ ਕਿਰਤੀ ਹੋਈ ਨਜ਼ਰ ਆ ਰਹੀ ਹੈ ਸਿੱਖ ਫੈਡਰੇਸ਼ਨ ਦੇ ਵੱਲੋਂ ਹੁਣ ਸੈਂਸਰ ਬੋਰਡ ਨੂੰ ਇਤਰਾਜ਼ ਜ਼ਾਹਰ ਕਰਦੇ ਹੋਏ ਕੁਝ ਸੀਨ ਹਟਾਉਣ ਦੀ ਗੁਜਾਰਿਸ਼ ਕੀਤੀ ਗਈ ਹੈ ਮੇਰੇ ਨਾਲ ਸਿੱਖ ਫੈਡਰੇਸ਼ਨ ਦੇ ਸਰਪ੍ਰਸਤ ਕਰਨੈਲ ਸਿੰਘ ਪੀਰ ਮੁਹੰਮਦ ਨੇ ਉਹਨਾਂ ਨਾਲ ਗੱਲਬਾਤ ਕਰ ਲਿਆ ਹੈ ਕਰਨੈਲ ਸਾਹਿਬ ਇੱਕ ਤਰੀਕ ਨੂੰ ਫਿਲਮ ਰਿਲੀਜ਼ ਹੁੰਦੀ ਹੈ ਔਰ ਤਕਰੀਬਨ ਇੱਕ ਹਫਤੇ ਦੇ ਵਿੱਚ 300 ਕਰੋੜ ਰੁਪਏ ਤੋਂ ਜ਼ਿਆਦਾ ਕਮਾ ਲੈਂਦੀ ਹੈ ਹੁਣ 10 ਦਿਨ ਬਾਅਦ ਤੁਸੀਂ ਇਤਰਾਜ਼ ਜ਼ਾਹਰ ਕਰ ਰਹੇ ਹੋ ਕਿਸ ਗੱਲ ਦਾ ਇਤਰਾਜ਼ ਹੈ ਔਰ ਤੁਹਾਨੂੰ ਨਹੀਂ ਲੱਗਦਾ ਕਿ ਦੇਰੀ ਹੋ ਗਈ ਇਤਰਾਜ਼ ਜ਼ਾਹਰ ਕਰਨ ਦੇ ਵਿੱਚ ਕਰੋੜਾਂ ਲੋਕਾਂ ਨੇ ਫਿਲਮ ਦੇਖ ਲਈ ਨਹੀਂ ਅਸੀਂ ਤਾਂ ਜਦੋਂ ਇਹਦੇ ਪਹਿਲਾਂ ਤੁਸੀਂ ਦੇਖੋ ਟੀਜ਼ਰ ਆਉਂਦਾ ਉਦੋਂ ਹੀ ਇਤਰਾਜ਼ ਇਹਦੇ ਤੇ ਉਠਾਇਆ ਸੀ ਫਿਰ ਇਹਦੇ ਤੇ ਬਕਾਇਦਾ ਸੈਂਸਰ ਬੋਰਡ ਨੂੰ ਲੈਟਰ ਲਿਖਿਆ ਤੇ ਅੱਜ ਮੀਡੀਆ ਨੂੰ ਰਿਲੀਜ਼ ਕੀਤਾ ਉਸ ਦੇ ਵਿੱਚ ਜਿਹੜੇ ਬਹੁਤ ਸਾਰੇ ਇਤਰਾਜ਼ ਨੇ ਦੇਖੋ ਕਿ ਜਿਹੜੀ ਸਾਡਾ ਅੱਜ ਦਾ ਨੌਜਵਾਨ ਪੀੜੀ ਏ ਉਸ ਦੇ ਸਾਹਮਣੇ ਇੱਕ ਇਸ ਤਰ੍ਹਾਂ ਦਾ ਪਰੋਸਿਆ ਜਾਣਾ ਸੀਨ ਇਹੋ ਜੇ ਦੇਣੇ ਜਿਸ ਦੇ ਵਿੱਚ ਤੁਸੀਂ ਦੇਖੋ ਕਿ ਰਣਵੀਰ ਕਪੂਰ ਜਿਹੜਾ ਉਹ ਤੁਸੀਂ ਦੇਖੋ ਜਦੋਂ ਚੱਲ ਰਿਹਾ ਉਹਦੇ ਨਾਲ ਪਿੱਛੇ 5-7 ਲੋਕ ਜਿਹੜੇ ਚੱਲ ਰਹੇ ਉਹਨਾਂ ਚ ਇੱਕ ਸਰਦਾਰ ਹੈ ਬਿਲਕੁਲ ਉਹਨਾਂ ਦੇ ਨਾਲ ਚੱਲ ਰਿਹਾ ਤੇ ਉਹ ਸਿਗਰਟ ਦਾ ਧੂਆ ਸਰਦਾਰ ਦੀ ਦਾੜ੍ਹੀ ਦੇ ਉੱਪਰ ਪੈ ਰਿਹਾ ਜਿੱਥੋਂ ਕਿ ਇੱਕ ਸੋਚੀ ਸਮਝੀ ਸਾਜਿਸ਼ ਨਜ਼ਰ ਆਉਂਦੀ ਏ ਫਿਰ ਦੂਸਰਾ ਸੀਨ ਜਿਹੜਾ ਉਸ ਤੋਂ ਵੀ ਗਲਤ ਏ ਉਹ ਏ ਕਿ ਜਿਹੜਾ ਬੋਬੀ ਦਿਓਲ ਤੇ ਰਣਵੀਰ ਦਾ ਹਾਫਸ ਵਿੱਚ ਜਿਹੜਾ ਟਕਰਾਰ ਹੁੰਦਾ ਤਾਂ ਉਹ ਦਾੜੀ ਦੇ ਉੱਪਰ ਬਕਾਇਦਾ ਕਸਾਈ ਚਾਕੂ ਰੱਖ ਕੇ ਤੇ ਇੱਕ ਬੇਅਦਬੀ ਕੀਤੀ ਗਈ ਸਿੱਖੀ ਸਰੂਪ ਦੀ ਫਿਰ ਤੀਸਰਾ ਜਿਹੜਾ ਉਸ ਤੋਂ ਵੀ ਵੱਡਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੁਰਬਾਣੀ ਧੁਰ ਕੀ ਬਾਣੀ ਆਈ ਤਨ ਸਗਲੀ ਚਿੰਤ ਭਟਾਈ ਉਸ ਪਵਿੱਤਰ ਗੁਰਬਾਣੀ ਦੇ ਵਿੱਚੋਂ ਜਿਹੜਾ ਦੋਹਾ ਜਿਹੜਾ ਭਗਤ ਕਬੀਰ ਜੀ ਦੇ ਉਹ ਉਹ ਤੋੜ ਮਰੋੜ ਕੇ ਪੇਸ਼ ਕਰਨਾ ਇਹ ਆਪਣੇ ਆਪ ਦੇ ਵਿੱਚ ਇੱਕ ਬੇहद ਸ਼ਰਮਨਾਕ ਹੈ ਔਰ ਉਸ ਤੋਂ ਵੀ ਅੱਗੇ ਕਿ ਅੱਜ ਪੰਜਾਬ ਦੀ ਧਰਤੀ ਦੇ ਉੱਤੇ ਸਾਰੀ ਦੁਨੀਆ ਨੂੰ ਪਤਾ ਹੈ ਕਿ ਨਸ਼ਿਆਂ ਦੇ ਵਿਰੁੱਧ ਅਸੀਂ ਲਗਾਤਾਰ ਆਪਣੀ ਆਵਾਜ਼ ਬੁਲੰਦ ਕਰ ਰਹੇ ਹਾਂ ਪੰਜਾਬੀ ਬੜੇ ਦੁਖੀ ਨੇ ਸਾਡੇ ਨੌਜਵਾਨ ਬੱਚੇ ਜਿਹੜੇ ਨਸ਼ਿਆਂ ਦਾ ਸ਼ਿਕਾਰ ਹੋ ਰਹੇ ਨੇ ਤਾਂ ਇੱਥੇ ਵੈਲੀ ਪੁਣਾ ਦਿਖਾਉਣਾ ਔਰ ਵੈਲੀ ਪੁਣੇ ਨੂੰ ਦਿਖਾਉਂਦਿਆਂ ਹੋਇਆਂ ਹਿੰਸਾ ਨੂੰ ਪ੍ਰਮੋਟ ਕਰਨਾ ਤੇ ਇਹ ਆਪਣੇ ਆਪ ਦੇ ਵਿੱਚ ਬਹੁਤ ਹੀ ਜਿਹੜੇ ਅਗੇ ਨੇ ਇਹੋ ਜੇ ਸੀਨ ਅਸੀਂ ਪਹਿਲਾਂ ਵੀ ਤੁਸੀਂ ਦੇਖੋ ਸਨ ਆਫ ਸਰਦਾਰ ਫਿਲਮ ਬਣੀ ਸੀ ਅਸੀਂ ਉਸ ਦਾ ਇਤਰਾਜ ਕੀਤਾ ਸੀ ਉਦੋਂ ਅਜੇ ਦੇਵਗਨ ਇੱਥੇ ਸਾਡੇ ਕੋਲ ਆਏ ਅਮਰਸਰ ਸਾਹਿਬ ਔਰ ਬਕਾਇਦਾ ਉਹਨਾਂ ਨੇ ਸਾਡੇ ਨਾਲ ਬੈਠ ਕੇ ਪ੍ਰੈਸ ਕਾਨਫਰੰਸ ਕੀਤੀ ਤੇ ਉਸ ਗੱਲ ਦੀ ਅਪੋਲੋਜਾਈਜ਼ ਕੀਤੀ ਔਰ ਉਹ ਸਾਰੇ ਸੀਨ ਵਿੱਚੋਂ ਕੱਟੇ ਉਹਨਾਂ ਕਹਿੰਦੇ ਜਿੱਥੇ ਸਰਦਾਰ ਹੈ ਉੱਥੇ ਗਾਲ ਹੈ ਫਿਰ ਉਹ ਸੀਨ ਉਹਨਾਂ ਨੂੰ ਕੱਟਣਾ ਪਿਆ ਇਸ ਕਰਕੇ ਇਹ ਜਿਹੜਾ ਫਿਲਮਾਂ ਦੇ ਵਿੱਚ ਅਸੀਂ ਇੱਕ ਮੰਗ ਕਰਦੇ ਆ ਰਹੇ ਹਾਂ ਮੈਂ ਐਸਟੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੀ ਨੂੰ ਵੀ ਇਹ ਬੇਨਤੀ ਕੀਤੀ ਏ ਔਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਵੀ ਕਿ ਅਸੀਂ ਇੱਕ ਜ਼ੋਰ ਦੇ ਕੇ ਸੈਂਸਰ ਬੋਰਡ ਦੇ ਵਿੱਚ ਆਪਣਾ ਇੱਕ ਨੁਮਾਇੰਦਾ ਜਿਹੜਾ ਸਾਡਾ ਬੈਠਣਾ ਬੜਾ ਜ਼ਰੂਰੀ ਏ ਤੇ ਇਹ ਦੇਖੋ ਮਿਨੋਰਟੀ ਕਮਿਸ਼ਨ ਦੇ ਜਿਹੜੇ ਚੇਅਰਮੈਨ ਨੇ ਉਹਨਾਂ ਨੇ ਵੀ ਇੱਕ ਫਾਰਮੈਲਟੀ ਕੀਤੀ ਏ ਸਰਦਾਰ ਇਕਬਾਲ ਸਿੰਘ ਲਾਲਪੁਰਾ ਦਾ ਵੀ ਮੈਂ ਬਿਆਨ ਸੁਣਿਆ ਉਹਨਾਂ ਨੇ ਸਿਰਫ ਇੱਕ ਬਿਆਨ ਦੇ ਤਾਂ ਕਿ ਇਹਨੂੰ ਸੀਮਤ ਰੱਖਿਆ ਜਦੋਂ ਕਿ ਮਿਨੋਰਟੀਜ਼ ਦੀਆਂ ਭਾਵਨਾਵਾਂ ਦੇ ਉਲਟ ਜੇ ਕੋਈ ਗੱਲ ਹੁੰਦੀ ਹੈ ਤਾਂ ਉਹਦਾ ਸਖਤ ਨੋਟਸ ਲੈਣਾ ਬੜਾ ਜ਼ਰੂਰੀ ਤੁਸੀਂ ਸੈਂਸਰ ਬੋਰਡ ਨੂੰ ਮੰਗ ਕੀ ਕੀਤੀ ਸੀਨ ਹਟਾਉਣ ਦੀ ਮੰਗ ਕੀਤੀ ਹੈ ਜਾਂ ਰਣਵੀਰ ਬੋਵੀ ਜਾਂ ਡਾਇਰੈਕਟਰ ਪ੍ਰੋਡਿਊਸਰ ਮਾਫੀ ਮੰਗਣ ਦੀ ਬਿਲਕੁਲ ਮਾਫੀ ਵੀ ਮੰਗਣ ਔਰ ਇਸ ਦੇ ਨਾਲ ਹੀ ਅਸੀਂ ਕੋਲ ਕੋਲ ਮਾਫੀ ਮੰਗਣ ਡਾਇਰੈਕਟਰ ਵੀ ਪ੍ਰੋਡਿਊਸਰ ਵੀ ਤੇ ਜਿਹੜੇ ਐਕਟਰ ਵੀ ਉਹ ਮਾਫੀ ਮੰਗਣ ਬਿਲਕੁਲ ਮਾਫੀ ਮੰਗਣ ਕਿਉਂਕਿ ਉਹਨਾਂ ਦਾ ਬੈਕਗ੍ਰਾਉਂਡ ਵੀ ਪੰਜਾਬੀ ਹੈ ਹੁਣ ਜਿਹੜੇ ਧਰਮਿੰਦਰ ਦੇ ਬੇਟੇ ਆ ਬੋਬੀ ਦਿਓਲ ਜਾਂ ਰਣਵੀਰ ਕਪੂਰ ਏ ਇੱਕ ਕਪੂਰ ਫੈਮਲੀਜ਼ ਨੂੰ ਤਾਂ ਬੜੀਆਂ ਪੰਜਾਬੀਆਂ ਦੀਆਂ ਸਿੱਖਾਂ ਦੀਆਂ ਭਾਵਨਾਵਾਂ ਫਿਰ ਜਦੋਂ ਹਰਮਿੰਦਰ ਸਾਹਿਬ ਆਉਂਦੇ ਨੇ ਉੱਥੇ ਕਿੰਨਾ ਸਤਕਾਰ ਦਿਖਾਉਂਦੇ ਆ ਫਿਰ ਇਹਨਾਂ ਨੂੰ ਸਿੱਖੀ ਸਰੂਪ ਪ੍ਰਤੀ ਤੁਸੀਂ ਦੇਖੋ ਪਹਿਲਾਂ ਇਹਨਾਂ ਦੇ ਕੋਬਾਨਾ ਸੀ ਵੇਖੋ ਜੀ ਇੱਕ ਨਕਲੀ ਸਰਦਾਰ ਬਣਾਉਂਦੇ ਸੀ ਹੁਣ ਅਸਲੀ ਸਰਦਾਰ ਦੇ ਰੂਪ ਦੇ ਵਿੱਚ ਜਦੋਂ ਇੱਕ ਕਿਰਦਾਰ ਨੂੰ ਦਿਖਾਉਣਗੇ ਤੇ ਨੌਜਵਾਨ ਪੀੜ੍ਹੀ ਦੇ ਵਿੱਚ ਨਸ਼ਿਆਂ ਨੂੰ ਤੇ ਸਰਗਟ ਜਿਹੜਾ ਕਿ ਸਿੱਖ ਧਰਮ ਦੇ ਵਿੱਚ ਬੜੀ ਸਖਤ ਮਨਾਈਏ ਉਹਨਾਂ ਚੀਜ਼ਾਂ ਨੂੰ ਪ੍ਰਮੋਟ ਕਰਨਾ ਤੇ ਹਿੰਸਾ ਨੂੰ ਪ੍ਰਮੋਟ ਕਰਨਾ ਮੈਂ ਉਹਨਾਂ ਦਾ ਧੰਨਵਾਦ ਕਰਦਾ ਰਣਜੀਤ ਰੰਜਨ ਜੀ ਦਾ ਮੈਂਬਰ ਪਾਰਲੀਮੈਂਟ ਨੇ ਮਹਾਰਾਸ਼ਟਰ ਤੋਂ ਸ਼ਾਇਦ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਵੀ ਇਹ ਮੁੱਦਾ ਠਾ ਦਿੱਤਾ ਸੋ ਇਸ ਦੇ ਉੱਤੇ ਕਿਉਂਕਿ ਇਹਨਾਂ ਨੇ ਅੱਗੇ ਜਾ ਕੇ ਇਹ ਐਨੀਮਲਸ ਟੂ ਵੀ ਬਣਾਉਣੀ ਹੈ ਤੇ ਅਸੀਂ ਸਖਤ ਤਾੜਨਾ ਕਰਦੇ ਹਾਂ ਕੇ ਹੁਣ ਜੇ ਤੁਸੀਂ ਕਹਿਆ ਨਾ ਕਿ ਤੇਰੀ ਹੋ ਗਈ ਅੱਗੇ ਜਿੰਨੀ ਦੇਰ ਤੱਕ ਇਹ ਸਾਰੀ ਸਟੋਰੀ ਨਹੀਂ ਦਿਖਾਉਣਗੇ ਉਹਦਾ ਸਾਰਾ ਕੁਝ ਦਿਖਾਉਣਗੇ ਨਹੀਂ ਅਸੀਂ ਫਿਲਮ ਦਾ ਸਖਤ ਜਿਹੜਾ ਨੋਟਿਸ ਲੈਂਦੇ ਰਹਾਂਗੇ ਤੁਸੀਂ ਅੱਗਲ ਤੱਕ ਸਾਫ ਦੇ ਜਥੇਦਾਰ ਨੂੰ ਵੀ ਇਹ ਮੰਗ ਕੀਤੀ ਹੈ ਜਾਂ ਐਸਜੀਪੀਸੀ ਪ੍ਰਧਾਨ ਨੂੰ ਵੀ ਕੀਤੀ ਕਿਉਂਕਿ ਡਿਊਟੀ ਤਾਂ ਉਹਨਾਂ ਦੀ ਹੁੰਦੀ ਹੈ ਐਸਜੀਪੀਸੀ ਪ੍ਰਧਾਨ ਨੇ ਦੇਖਣਾ ਹੈ ਕਿ ਕਿਸ ਗੱਲ ਤੇ ਹੈ ਸਿੱਖ ਫੈਡਰੇਸ਼ਨ ਤਾਂ ਅਸੀਂ ਦੇਖਿਆ ਨਹੀਂ ਕਦੀ ਅੱਗੇ ਆਂਦੀ ਹੋਵੇ ਨਹੀਂ 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 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹੀ ਅਸੀਂ ਹਾਂ ਮੈਂ ਪੰਥਕ ਸਲਾਹਕਾਰ ਬੋਰਡ ਦਾ ਮੈਂਬਰ ਵੀ ਹਾਂ ਤੇ ਜਿਹੜੀ ਆਵਾਜ਼ ਚਾਹੇ ਮੈਂ ਉਠਾਵਾਂ ਚਾਹੇ ਸ਼੍ਰੋਮਣੀ ਗੁਰਦਾਰਾ ਪ੍ਰਬੰਧ ਕਮੇਟੀ ਦਾ ਕੋਈ ਮੈਂਬਰ ਉਠਾਵੇ ਅਸੀਂ ਪ੍ਰਧਾਨ ਸਾਹਿਬ ਨੂੰ ਇਹ ਗੱਲ ਕਹੀ ਏ ਤੇ ਸਾਡੀ ਇਹ ਚਰਕੋਨੀ ਮੰਗੇ ਕਿ ਸਾਨੂੰ ਜਿਹੜਾ ਫਿਲਮ ਸੈਂਸਰ ਬੋਰਡ ਏ ਉਹਦੇ ਵਿੱਚ ਸਾਡਾ ਇੱਕ ਨੁਮਾਇੰਦਾ ਜਿਹੜਾ ਹੁਣ ਬੜਾ ਜ਼ਰੂਰੀ ਏ ਕਿਉਂਕਿ ਕੱਲਾ ਕਦੀ ਸਿੱਖਾਂ ਦਾ ਕਰਦਾਰ ਕੁਰਸੀ ਕਰਦੇ ਕਦੀ ਪੰਜਾਬੀਆਂ ਦੀ ਕਰਦਾਰ ਕੁਰਸੀ ਕਰਦੇ ਆ ਤੁਸੀਂ ਇਹ ਦੇਖੋ ਜਿਹੜੇ ਪੰਜਾਬੀ ਐਕਟਰ ਨੇ ਜਿਨ੍ਹਾਂ ਦਾ ਪਛੋਕੜ ਪੰਜਾਬੀ ਏ ਚਾਹੇ ਅੱਜ ਬਾਲੀਵੁੱਡ ਦੇ ਵਿੱਚ ਚਲੇ ਗਏ ਚਾਹੇ ਹਾਲੀਵੁੱਡ ਚਲੇ ਗਏ ਉੱਥੇ ਉਹਨਾਂ ਨੂੰ ਸਿੱਖ ਪੌਂਦੀਆਂ ਭਾਵਨਾਵਾਂ ਦਾ ਖਿਆਲ ਰੱਖਣਾ ਬੜਾ ਲੇਕਿਨ ਇਹ ਫਿਲਮ ਤਾਂ ਸੁਪਰ ਹਿੱਟ ਚਲੇਗੀ ਪੰਜਾਬ ਚ ਬਹੁਤ ਲੋਕਾਂ ਨੇ ਇਸ ਨੂੰ ਪਸੰਦ ਕੀਤਾ ਅਰਜਨ ਵੈਲੀ ਹਰ ਗਾਣਾ ਇਹ ਗਾਣਾ ਜਿਹੜਾ ਹਰ ਵਿਆਹ ਤੇ ਹਰ ਥਾਂ ਤੇ ਇਹ ਲੱਗਿਆ ਹਰ ਗੱਡੀ 'ਚ ਲੱਗਿਆ ਕਿਸੇ ਨੇ ਇਤਰਾਜ਼ არ ਨਹੀਂ ਕੀਤਾ ਦੇਖੋ ਕੀ ਹੁੰਦਾ ਹੈ ਕਿ ਕਈ ਵਾਰ ਕੋਈ ਚੀਜ਼ ਨੂੰ ਅਭਾਰ ਇਹਨਾਂ ਕੋ ਦਿੱਤਾ ਜਾਂਦਾ ਠੀਕ ਹੈ ਨਾ ਜੀ ਮੈਂ ਤੁਹਾਡਾ ਤੁਹਾਨੂੰ ਆਦ ਕਰਦਾ ਕਿ মিডিਆ ਦਾ ਤੁਸੀਂ ਇਹਦੇ ਵਿੱਚ ਆ ਕੇ ਇਸ ਗੱਲ ਦਾ ਨੋਟਸ ਜਿਹੜਾ ਅਸੀਂ ਲਿਆ ਉਹਨੂੰ ਤੁਸੀਂ ਸਾਡੀ ਗੱਲ ਸੁਣੀ ਹੈ ਪਰ ਅਕਸਰ ਕੀ ਹੁੰਦਾ ਕਿ ਇਹ ਜਿਹੜੀਆਂ ਚਮਕ-ਦਮਕ ਦੇ ਵਿੱਚ ਚੀਜ਼ਾਂ ਥੱਲੇ ਦਵਾ ਦਿੱਤੀਆਂ ਜਾਂਦੀਆਂ ਜਿਹੜੀਆਂ ਅਸਲ ਗੱਲਾਂ ਹੁੰਦੀਆਂ ਨੇ ਇਹਦਾ ਜਿਹੜਾ ਜੇ ਜਿਹੜੇ ਸੂਝਵਾਨ ਲੋਕ ਨੇ ਜਦੋਂ ਇਹ ਚੰਗੇ ਤਰੀਕੇ ਨਾਲ ਇਹਨੂੰ ਦੇਖਣਗੇ ਸਾਡੀ ਨੌਜਵਾਨ ਪੀੜ੍ਹੀ ਏ ਇਹ ਨਹੀਂ ਮੈਂ ਕਹਿੰਦਾ ਕਿ ਉਹ ਸੂਝਵਾਨ ਨਹੀਂ ਕੇ ਬੜੇ ਸੂਝਵਾਨ ਨੇ ਪਰ ਹਰ ਇੱਕ ਦੇਖਦਾ ਫਿਰ ਉਹ ਕਹਿੰਦਾ ਚਲੋ ਕੋਈ ਗੱਲ ਨਹੀਂ ਇਹ ਜਿਹੜੀ ਚਲੋ ਕੋਈ ਗੱਲ ਵਾਲੀ ਹੈ ਨਾ ਉਸ ਦਾ ਹੀ ਅਸੀਂ ਸਖਤ ਨੋਟਸ ਲਿਆ ਦੂਸਰੇ ਵੀ ਕਿਉਂਕਿ 10 ਦਿਨ ਹੋ ਗਏ ਫਿਲਮ ਲੱਗੀ ਨੂੰ ਤੋਂ ਲੱਗਦਾ ਹੈ ਕਿ ਇਹ ਸੀਨ ਹਟਾਇਆ ਜਾਏਗਾ ਔਰ ਜੇਕਰ ਨਹੀਂ ਹਟਾਉਂਦੇ ਤਾਂ ਫਿਰ ਅੱਗੇ ਕੀ ਕੀਤਾ ਜਾਏਗਾ ਦੇਖੋ ਗੱਲ ਕੀ ਹੁੰਦੀ ਹੈ ਕਿ ਜਦੋਂ ਕਿਸੇ ਚੀਜ਼ ਦਾ ਇੱਕ ਸੰਸਥਾ ਨੋਟਸ ਲੈਂਦੀ ਹੈ ਤਾਂ ਉਸ ਦਾ ਇਹ ਨਹੀਂ ਮਤਲਬ ਕਿ ਉਹਨਾਂ ਦੇ ਲਈ ਹਿੰਸਾ ਕੀਤੀ ਜਾਵੇ ਜਾਂ ਉਹਨਾਂ ਦੇ ਲਈ ਪ੍ਰਦਰਸ਼ਨ ਕੀਤੇ ਜਾਣ ਜਾਂ ਉਹਨਾਂ ਦੇ ਲਈ ਕੋਈ ਹੋਰ ਉਗਰ ਕੰਮ ਕੀਤੇ ਜਾਣ ਤੇ ਤਾਂ ਉਸ ਦਾ ਨੋਟਸ ਲਿਆ ਜਾਣਾ ਮੈਂ ਇਹਨਾਂ ਦੇ ਜਿਹੜੇ ਹੈਗੇ ਨੇ ਡਾਇਰੈਕਟਰ ਨੇ ਪ੍ਰੋਡਿਊਸਰ ਨੇ ਔਰ ਜਿਹੜਾ ਸੈਂਸਰ ਬੋਰਡ ਹੈ ਫਿਲਮ ਸਰਟੀਫਿਕੇਟਸ ਜਿਹੜਾ ਦਿੰਦਾ ਉਹਨਾਂ ਸਾਰਿਆਂ ਨੂੰ ਮੈਂ ਅਪੀਲ ਕਰਦਾ ਕਿ ਇਹ ਇਸ ਦਾ ਜਿਹੜਾ ਪਾਰਟ 2 ਬਣਨ ਵਾਲਾ ਉਸ ਦਾ ਪਹਿਲਾਂ ਹੀ ਇਹਨੂੰ ਠੀਕ ਕੀਤਾ ਜਾਵੇ ਇਹਦੇ ਚੋਂ ਜਿਹੜੇ ਸੀਨ ਕੱਟੇ ਜਾਣ ਦੂਸਰੇ ਵੀ ਕਿਉਂਕਿ ਫਿਲਮਾਂ ਤਾਂ ਇੱਕ ਐਂਟਰਟੇਨਮੈਂਟ ਦਾ ਸਾਧਨ ਹੁੰਦੀਆਂ ਹਨ ਤੁਹਾਨੂੰ ਨਹੀਂ ਲੱਗਦਾ ਜ਼ਿਆਦਾ ਇਸ ਦੇ ਉੱਤੇ ਬਵਾੜਿਆਂ ਸਵਾਲ ਹੋ ਜਾਣਗੇ ਨਹੀਂ ਤੁਸੀਂ ਦੇਖੋ ਉਡਦਾ ਪੰਜਾਬ ਉਹ ਉਹ ਫਿਲਮ ਬਣੀ ਸੀ ਉਸ ਵੇਲੇ ਰਾਹੁਲ ਗਾਂਧੀ ਇੱਥੇ ਆਏ ਉਹਨਾਂ ਨੇ ਜਿਸ ਤਰੀਕੇ ਦੀ ਇੱਥੇ ਬਿਆਨਬਾਜ਼ੀ ਕੀਤੀ ਗਈ 85% ਨੌਜਵਾਨ ਨਸ਼ਿਆਂ ਦਾ ਸ਼ਿਕਾਰ ਨੇ ਉਸ ਦੇ ਨਾਲ ਪੰਜਾਬੀਆਂ ਦੀ ਸਿੱਖ ਕੌਮ ਦੀ ਸ਼ਭੀ ਜਿਹੜੀ ਹੈ ਪੂਰੇ ਵਿਸ਼ਵ ਦੇ ਵਿੱਚ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਤਾਂ ਤੁਸੀਂ ਦੇਖੋ ਉਸ ਫਿਲਮ ਦੇ ਵਿੱਚ ਵੀ ਉਦੋਂ ਵੀ ਅਸੀਂ ਇਤਰਾਜ਼ ਜਾਰੀ ਕੀਤਾ ਸੀ ਅੱਜ ਇਹ ਜਿਹੜੀਆਂ ਫਿਲਮਾਂ ਬਣ ਰਹੀਆਂ ਨੇ ਇਹ ਫਿਲਮਾਂ ਨੂੰ ਪੰਜਾਬ ਦਾ ਪਛੋਕਰ ਜਿਉਂ ਉਹਨਾਂ ਨੇ ਦਿਖਾਉਣਾ ਬੜੇ ਇੱਥੇ ਸੂਰਬੀਰ ਯੋਧੇ ਹੋਏ ਨੇ ਉਹਨਾਂ ਦੇ ਉੱਤੇ ਫਿਲਮਾਂ ਬਣਾਉਣ ਉਹਨਾਂ ਦੀ ਗੱਲ ਕਰਨ ਜੇ ਅਸੀਂ ਅਰਜਨ ਵੈਲੀ ਏ ਉਹਦਾ ਇੱਕ ਆਪਣਾ ਇਤਿਹਾਸ ਏ ਤਾਂ ਉਸ ਦੇ ਪਿਸ਼ੋਕੜ ਨੂੰ ਇਸ ਤਰੀਕੇ ਨਾਲ ਹਿੰਸਾਤਮਕ ਕਰਕੇ ਪੇਸ਼ ਕਰਕੇ ਦਿਖਾਉਣਾ ਤੇ ਉਹਦੇ ਵਿੱਚ ਇਹ ਆ ਕਿ ਸਾਡੀ ਜਿਹੜੇ ਟੀਨੇਜਰ ਜਿਹੜੇ ਸਾਡੇ ਬੱਚੇ ਨੇ ਉਹ ਆਪਣੇ ਹੱਥਾਂ 'ਚ ਹਥਿਆਰ ਲੈ ਕੇ ਜਾਂ ਇਸ ਤਰੀਕੇ ਨਾਲ ਉਹ ਅਰਜਨ ਵੈਲੀ ਵਾਲ ਗਿਆ ਜਿਹੜੀਆਂ ਉਹ ਜਿਹੜੇ ਦ੍ਰਿਸ਼ ਪਰਮਾਏ ਗਏ ਆ ਉਹ ਜਿਹਿਆਂ ਉਹ ਗੱਲਾਂ ਕਰਨਗੇ ਕਿਉਂਕਿ ਇੱਕ ਐਕਟਰ ਜਿਹੜਾ ਹੁੰਦਾ ਉਹ ਉਹਦੀ ਰੀਸ ਕਰਦੇ ਆ ਕਿ ਕੱਲ ਤੱਕ ਸਾਹਿਬ ਤੇ ਜਥੇਦਾਰ ਨੂੰ ਚਿੱਠੀ ਲਿਖ ਰਹੇ ਹੋ ਜਾਂ ਬਿਲਕੁਲ ਜੀ ਬਿਲਕੁਲ ਅਸੀਂ ਸ਼੍ਰੋਮਣੀ ਅਕਾਲੀ ਗੁਰਦੁਆਰਾ ਪ੍ਰਬੰਧ ਕਮੇਟੀ ਸ੍ਰੀ ਅਕਾਲ ਤਖਤ ਸਾਹਿਬੀ ਦੇ ਜਥੇਦਾਰ ਨੂੰ ਅਪੀਲ ਕਰ ਚੁੱਕੇ ਹਾਂ ਬਕਾਇਦਾ ਉਹਨਾਂ ਨੂੰ ਮਿਲ ਕੇ ਵੀ ਇਸ ਦੇ ਉੱਤੇ ਜਿਹੜੀ ਕਾਰਵਾਈ ਕਰਾਂਗੇ ਤਾਂ ਇਹ ਫਿਲਮ ਲਗਾਤਾਰ ਵਿਵਾਦਾਂ ਚ ਹੁਣ ਘਿਰਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਪਾਰਲੀਮੈਂਟ ਦੇ ਵਿੱਚ ਇਹ ਮੁੱਦਾ ਰਣਜੀਤ ਰੰਜਨ ਵੱਲੋਂ ਚੁੱਕਿਆ ਗਿਆ ਤਾਂ ਹੁਣ ਇਹ ਮੁੱਦੇ ਨੂੰ ਲੈ ਕੇ ਸੈਂਸਰ ਬੋਰਡ ਨੂੰ ਇਤਰਾਜ਼ ਜ਼ਾਹਰ ਕਰਦੇ ਹੋਏ ਚਿੱਠੀ ਲਿਖੀ ਕਿ ਇਹ ਸੀਨ ਹਟਾਈ ਜਾਣ ਅਗਰ ਨਹੀਂ ਹਟਾਏਗੇ ਤਾਂ ਫਿਰ ਜਦੋਂ ਸੈਕੰਡ ਪਾਰਟ ਇਸ ਦਾ ਰਿਲੀਜ਼ ਹੋਏਗਾ ਤਾਂ ਫਿਰ ਵਿਰੋਧ ਵੀ ਇਸ ਦਾ ਜ਼ਬਰਦਸਤ ਕੀਤਾ ਜਾਏਗਾ ਕੈਮਰਾਮੈਨ ਸੁਖਿੰਦਰ ਦੇ ਨਾਲ ਪੰਖੇਪਈ ਨਿਊਜ਼ 18 ਮੋਹਾਲੀ